ਉਹ ਤੂਫਾਨ ਤੋਂ ਬਚ ਗਿਆ ਈ। ਜਿਹੜਾ ਮੇਰੀ ਆਲ ਨਾਲ ਸੱਚੀ ਮੁਹੱਬਤ ਔਰ ਮਵੱਦਤ ਰੱਖੇ ਸੀ, ਮੈਂ ਦੁਨੀਆਂ ਦੀ ਸਖਤੀਆਂ ਤੋਂ ਵੀ ਬਚਿਆ ਸਾਂ, ਮਾਸ਼ਰ ਦੀਆਂ ਸਖਤੀਆਂ ਤੋਂ ਵੀ ਉਸਨੂੰ ਬਚਾ ਗਿਆ ਸੀ। ਤੋ ਮੇਰੇ ਮੋਹਤਰਮ ਸਾਮੀਨ, ਹੁਸੈਨ ਉਹ ਬਾਦਸ਼ਾਹ ਏ ਜਿਹੜਾ ਅੱਲਾ ਦੀ ਇਸ ਕਾਇਨਾਤ ਵਿੱਚ ਜ਼ਮੀਨ 'ਤੇ ਬਹਿ ਕੇ ਨਾਮੁਮਕਿਨ ਨੂੰ ਮੁਮਕਿਨ ਬਣਾ ਚੁੱਕਾ। ਬਲਕਿ ਮੈਂ ਇੰਝ ਆਖਾਂ, ਜਾਂਦੇ ਕਿਸੇ ਵੀ ਕਮਾਲ ਦੀ ਕਿਸੇ ਨੂੰ ਸਮਝ ਨਾ ਨਾ ਆਵੇ, ਉਸ ਬਾਦਸ਼ਾਹ ਨੂੰ ਹੁਸੈਨ ਇਬਨ ਅਲੀ ਆਖਾਂ। ਕਿਤਨੀ ਇੱਜ਼ਤ ਦੇ ਮਾਲਿਕ ਹਨ ਹੁਸੈਨ, ਕਿਤਨੀ ਸ਼ਾਨ ਦੇ ਮਾਲਿਕ ਹਨ। ਮੇਰਾ ਮੌਲਾ ਹੁਸੈਨ ਉਹ ਬਾਦਸ਼ਾਹ ਏ, ਇੱਕ ਮੁਹੱਕਿਕ ਨੇ ਆਖਿਆ, ਜੋ ਅੱਜ ਅਗਰ ਦੁਨੀਆਂ ਦੇ ਹਰ ਕੋਨੇ 'ਚ ਮਸਾਜਿਦ ਆਬਾਦ ਹਨ, ਹਰ ਮਸਜਿਦ 'ਚ ਨਮਾਜ਼ ਔਰ ਆਜ਼ਾਨ ਹੋ ਰਹੀ ਏ, ਹਰ ਘਰ ਵਿੱਚ ਕੁਰਾਨ ਮੌਜੂਦ ਏ, ਹਰ ਘਰ ਵਿੱਚ ਕੁਰਾਨ ਦੀ ਤਲਾਵਤ ਹੋ ਰਹੀ ਏ, ਖਾਲਿਕ ਦੀ ਇਬਾਦਤ ਹੋ ਰਹੀ ਏ, ਹੱਤਾ ਕਿ ਉਹਨਾਂ ਆਖਿਆ, ਅੱਜ ਅਗਰ ਹਰ ਘਰ ਵਿੱਚ ਮਾਰਮ ਰਿਸ਼ਤਿਆਂ ਦੀ ਪਹਿਚਾਣ ਬਾਕੀ ਏ ਨਾ, ਉਸਦਾ ਇੱਕ ਹੀ ਸਬਬ ਏ, ਉਸ ਸਬਬ ਦਾ ਨਾਮ ਹੁਸੈਨ ਇਬਨ ਅਲੀ। ਉਹ ਮੇਰਾ ਮੌਲਾ ਹੁਸੈਨ ਏ ਜਿਨ੍ਹਾਂ ਦੀ ਵਜ੍ਹਾ ਤੋਂ ਅੱਜ ਖਾਲਿਕ ਦੀ ਇਬਾਦਤ ਹੋ ਰਹੀ ਏ। ਇਹ ਉਹ ਅਜ਼ੀਮ ਘਰ ਏ ਜਿਸ ਘਰ ਦੀ ਮੁਹੱਬਤ ਮਵੱਦਤ ਵਿਲਾਇਤ ਮਖਲੂਕ 'ਤੇ ਵਾਜਿਬ ਕਰ ਦਿੱਤੀ। ਕਿਤਨੀ ਇੱਜ਼ਤ ਦੇ ਮਾਲਿਕ ਹਨ ਮੇਰਾ ਮੌਲਾ ਹੁਸੈਨ, ਕਿਤਨੀ ਸ਼ਾਨ ਦਾ ਮਾਲਿਕ ਏ। ਇੱਕ ਆਲਮ ਦੀਨ ਨੇ ਬੜਾ ਸੋਹਣਾ ਲਫ਼ਜ਼ ਆਖਿਆ, ਉਹਨਾਂ ਆਖਿਆ, ਕਿਤਨੀ ਇੱਜ਼ਤ ਦਾ ਮਾਲਿਕ ਏ ਹੁਸੈਨ, ਜਿਸ ਬਾਦਸ਼ਾਹ ਨੇ ਦੁਨੀਆਂ 'ਤੇ ਆ ਕੇ ਪਹਿਲੇ ਦਿਨ ਹੀ ਫਤਰਸ ਨੂੰ ਪਾਰਤਾ ਕੀਤੇ ਨੇ, ਜ਼ਿੰਦਗੀ ਦੇ ਆਖਰੀ ਦਿਨ ਇੱਕ ਗੁਨਾਹਗਾਰ ਨੂੰ ਹੋਰ ਅਲੈਹਿ ਸਲਾਮ ਬਣਾ ਛੋੜਾ ਏ, ਅਤੇ ਮਾਸ਼ਰ ਤੱਕ ਲੋਕਾਂ ਨੂੰ ਦੱਸਾ ਏ, ਜਿਹੜਾ ਅਰਸ਼ 'ਤੇ ਮਨਾਵੇ ਉਸਨੂੰ ਵੀ ਹੁਸੈਨ ਆਉਂਦੇ ਨੇ, ਜਿਹੜਾ ਫਰਸ਼ 'ਤੇ ਮਨਾਵੇ ਉਸਨੂੰ ਵੀ ਹੁਸੈਨ ਬਣਾਇਆ। ਬਸ ਮੈਂ ਆਪਣੇ ਟਾਈਮ ਦੇ ਅੰਦਰ ਆਖਰੀ ਗੱਲ ਸੁਣ ਤੇ ਇੱਕ ਜੁਮਲਾ ਮਸਾਹਿਬ ਦਾ ਬਣਾ। ਹੁਸੈਨ ਉਹ ਬਾਦਸ਼ਾਹ ਏ ਜਿਹੜਾ ਮੋਸਨ ਇਨਸਾਨੀਅਤ ਬਕਾਏ ਲਾ ਇਲਾਹਾ ਇਲਾਹ ਏ, ਯਾਨੀ ਇਨਸਾਨੀਅਤ ਤੇ ਅਹਿਸਾਨ ਇਹਨ ਮੇਰੇ ਮੌਲਾ ਹੁਸੈਨ ਬਣਿਆ ਲਈ। ਸੱਤਵੇਂ ਇਮਾਮ ਫਰਮੈਂਦੇ ਨੇ ਸਾਡੇ ਇਮਾਮ ਮੂਸਾ ਕਾਜ਼ਿਮ ਅਲੈਹਿ ਸਲਾਤੁ ਵਸਲਾਮ, ਅੱਲਾਹੁਮ ਸੱਲ ਅਲਾ ਸਲਵਾਤ ਪੜ੍ਹ ਬਾਬਾ ਸਾਹਿਬ, ਸਰਕਾਰ ਫਰਮੈਂਦੇ ਨੇ, ਇੱਕ ਹੈ ਅਸੂਲੇ ਦੀਨ, ਇੱਕ ਹੈ ਫਰੂਵੇ ਦੀਨ। ਮੇਰੇ ਜਦ ਹੁਸੈਨ ਦੀ ਆਜ਼ਾਦਾਰੀ ਅਸੂਲੇ ਦੀਨ ਦੀ ਵੀ ਰੂਹ ਹੈ, ਫਰੂਵੇ ਦੀਨ ਦੀ ਵੀ ਰੂਹ ਹੈ। ਯਾਨੀ ਆਜ਼ਾਦਾਰੀ ਇਮਾਮ ਹੁਸੈਨ ਅਕੀਦੇ ਦੀ ਵੀ ਰੂਹ ਹੈ, ਅਮਲ ਦੀ ਵੀ ਰੂਹ ਹੈ। ਅਕੀਦਾ ਔਰ ਅਮਲ ਕਬੂਲ ਹੀ ਤਾਂ ਹੋ ਸਨ ਬੰਦਾ ਆਜ਼ਾਦਾਰੀ ਸ਼ਾਮਲ ਹੋ ਸੀ। ਆਜ਼ਾਦਾਰੀ ਇਮਾਮ ਹੁਸੈਨ ਬਗੈਰ ਕੋਈ ਅਮਲ ਵੀ ਕਬੂਲ ਨਹੀਂ ਹੋ ਸਕਦਾ। ਤੋ ਮੇਰੇ ਮੋਹਤਰਮ ਸਾਮੀਨ, ਬਸ ਮੇਰੇ ਘਰ ਦੀ ਮਜਲੇ ਸੇ ਮਾਲਿਕ ਕਾਜ਼ੀ ਆਸ਼ਿਕ ਅਲੀ ਸਾਹਿਬ ਦੇ ਬੱਚਿਆਂ ਦੀ ਜ਼ਿੰਦਗੀ ਦਰਾਜ਼ ਫਰਮਾਵੇ, ਮਾਲ ਰਿਜ਼ਕ 'ਚ ਮਾਲਿਕ ਬਰਕਤ ਅਤਾ ਫਰਮਾਵੇ। ਇਸ ਉਹ ਅਜ਼ੀਮ ਘਰ ਜਿਸ ਆਪਣਾ ਸਭ ਕੁਛ ਕੁਰਬਾਨ ਕਰਕੇ ਅੱਲਾ ਦਾ ਦੀਨ ਅਤੇ ਨਾਨੇ ਦੀ ਸ਼ਰੀਅਤ ਬਚਾਈ। ਸਾਰੇ ਇੱਕੋ ਜੈਸੇ ਨਹੀਂ ਹੋ ਸਕਦੇ, ਇੱਕੋ ਜੈਸੇ ਤਾਂ ਹੋਵਾਂ ਨਾ ਜੇ ਸਾਰਿਆਂ ਦਾ ਖਰਚ ਵੀ ਇੱਕੋ ਜੈਸਾ ਹੋਵੇ। ਮਿੱਟੀ ਤੇ ਬਹਿ ਕਰਵਾਉਣ ਵਾਲੇ ਰੋਜ਼ ਮਜ਼ਾ ਆਜ਼ਾਦਾਰੀ, ਰੋਜ਼ ਮਜਲਸਾਂ, ਰੋਜ਼ ਮਾਤਮ। ਲੋਕਾਂ ਦੇ ਮੁਹਰਮ ਖਤਮ ਹੋ ਗਿਆ ਹੈ, ਇਹਨਾਂ ਦੀਆਂ ਮਜਲਸਾਂ ਨਹੀਂ ਮੁੱਕੀਆਂ, ਆਜ਼ਾਦਾਰੀ ਨਹੀਂ ਮੁੱਕੀ, ਮਾਤਮਦਾਰੀ ਨਹੀਂ ਮੁੱਕੀ। ਉਂਝੇ ਖਰਚ ਖਰਜਾਤ, ਉਂਝੇ ਪਰਦਾਦਾਰ ਨਾ ਲਾ ਕੇ ਸਾਰਾ ਸਾਰਾ ਦਿਨ ਮਜਲਸ ਆਜ਼ਾਦਾਰੀ ਕਿਵੇਂ ਨਾ ਕਰੀਏ, ਜਾਂਦਾ ਬਿਰਾਵਾਂ ਤੋਂ ਵੀ ਪਰਦਾ ਆਈ। 9 ਘੰਟੇ ਯਜ਼ੀਦ ਦੇ ਦਰਬਾਰ 'ਚ ਖਲੋਤੀ ਰਹੀਏ। ਇਹ ਦਰਦ ਏ ਸ਼ੀਆ ਕੌਮ ਨੂੰ ਜਿਹੜੀ ਅਜ਼ਲ ਦੀ ਪਰਦਾਦਾਰ ਆਈ। ਮਿੱਟੀ ਤੇ ਬੈਕਰਾਉਣ ਵਾਲੇ, ਅੱਲਾ ਜਾਣੇ ਉਸ ਵੇਲੇ ਆਸਮਾਨ ਡੱਠਾ ਕਿਉਂ ਨਹੀਂ, ਜ਼ਮੀਨ ਫਟ ਕਿਉਂ ਨਹੀਂ ਗਈ, ਜਿਹੜਾ ਕਾਇਨਾਤ ਦੇ ਬਹੁ ਵੱਡੇ ਬੇਗੈਰਤ ਦੇ ਦਰਬਾਰ 'ਚ ਕਾਇਨਾਤ ਦੇ ਅਮੀਰ ਅਲੀ ਦੀਆਂ ਧੀਆਂ ਦੀ ਪੇਸ਼ੀ ਆਈ। ਬੜਾ ਖਰਚ ਹੋਇਆ ਅਲੀ ਦੇ ਵਿਹੜੇ ਦਾ, ਇੰਝ ਕਿਸੇ ਨਬੀ ਦੇ ਪੁੱਤਰ ਨਹੀਂ ਰੁੱਲੇ ਜਿਵੇਂ ਅਲੀ ਦੀਆਂ ਧੀਆਂ ਰੁੱਲ ਗਈਆਂ ਨੂੰ। ਮਾਤਮੀ ਅਦਾਦਾਰੋ, ਕਲਮਦੀਨ ਨੇ ਆਖਿਆ ਏ, ਇੰਝ ਕਿਸੇ ਨਬੀ ਦੇ ਪੁੱਤਰਾਂ ਨੂੰ ਵੀ ਉਮਤ ਨੇ ਨਹੀਂ ਮਾਰਾ ਜਿਵੇਂ ਬਾਜ਼ਾਰਾਂ 'ਚ ਅਲੀ ਦੀਆਂ ਧੀਆਂ ਨੂੰ ਮਾਰਾ ਨੇ। ਆਉਂਦੇ ਹਨ ਮਾਰੋ, ਅਲੀ ਦੀਆਂ ਧੀਆਂ ਆ ਗਈਆਂ ਬੱਦਰ ਤੇ ਉਹਦ ਦੇ ਬਦਲੇ ਕਿਨੂੰ, ਬੱਦਰ ਤੇ ਉਹਦ ਦੀਆਂ ਜੰਗਾਂ ਮੇਰੇ ਮੌਲਾ ਨੇ ਅੱਲਾ ਦੇ ਦੀਨ ਦੀ ਖਾਤਰ ਲੜੀਆਂ, ਜ਼ਾਤੀ ਦੁਸ਼ਮਣੀ ਕੋਈ ਨਾ ਆਈ।
ہر بی بی کربلا دے واقعے تو بعد مطمئن نہیں جو ساڈے پتراں ہن واپس کوئی نہیں آونا، روندیاں ہن ساریاں مگر مطمئن ہو کے روندیاں ہن جو واپس کسے نہیں آونا۔ ایک میرے مولا علی دیو دھی آئی جڑی کربلا واپس آون تو بعد بھی مطمئن ہو کے نہیں روندی، او کون ہے؟ عباس دی بھینڈ رکی آئی جڑی ہوا نال بھی دروازہ کھلے آنا تڑپ کے اٹھ دی آئی، شاید بوئے تے میرے پتر آ گئے، چھ پتر میری سین دے اللہ دے دین تے کم آئے، دو کربلا مارے گئے، دو کوفے من دریا تے مار چھوڑے نے، دو شامیں غریباں نکھڑے جڑے مڑ کے ماں نو نہیں مل سکے۔ چار یا پانچ منٹ میں ہور پڑھنا ہے، جڑا وطن تو ٹری ہے نا میری سین رکیا تے میری سین تے نال چھ پتر دو دھیاں تے وارث سر تے موجود ہے، بھرا موجود ہے، واپس آئیے نہ پتراں چو کوئی باقی رہی ہے نہ وارث باقی رہی ہے نہ چھ پتراں چو کوئی باقی رہی ہے۔ بس مقاماں کوفے دا شہر ہے، دو چھوٹے چھوٹے شہزادے، ایک دی عمر پنج سال ایک دی عمر سات سال، تقدیر دوں شہزادے نو حارث دے گھر گھن آئیے، مضمون ہو کوئی نہیں جڑا تانو یاد نہ ہوئے، بس میں مقامہ مجلس۔ اس حارث دی بیوی نے دو کم ایک کمرے تے علیحدہ بچے نو سمایا ہے، دروازہ بند کر کے آندی میرے مالک ہوں تیرے حوالے، انہاں دی ماں بڑی دور رہ گئی ہے، شالا ماں نو مل ونجن۔ حارث کمینہ آیا ہے، اس کھانا کھادا، کھانے دے دوران اس دے کن تے چھوٹے شہزادے دے رون دی آواز آئی ہے، بیوی دے پاسے وے کہندے کون ہے ساڈے گھر وچ رون والے، وے کہندی ہمسایاں دے بچے سن، کمینہ آندا ہمسایاں دے نہیں اے تاں انج پہ روندے نے جویں یتیم روندے نے جنہاں دا چپ کراون والا کوئی نہیں۔ اس نو شک ہویا میری بیوی مومنہ ہے، بس میں ساری گل چھوڑ دی، پتھر چایس تالا تروڑس، اندر اندھیرا آئی، اے اندر آیا ہے، اس دے ہاتھ دوواں شہزاداں دے سراں تے آ گئے، بے غیرت آندا کون ہو بچے سمجھا مومن دا گھر ہے، دوویں بھرا آندے مسلم دے پتر آ، عباس دے بھڑے جیاں، جڑے ویلے عباس دا نام آیا اس کمینے ود شہزادیاں نو انج اٹھایا ہے، اٹھے نہیں شہزادے دیاں تلیاں پٹیج گئیاں، کئی ویلے چھوٹے شہزادے تے ظلم کریں دائی، کئی ویلے وڈے نو مریں دائی، وڈا شہزادہ آندائی نمار اسی آپے نہیں آئے، نمار اسی تیرے مہمان، ذکر دی قسم اس چھوٹے دے سامنے وڈے نو مارا ہے، وڈے شہزادے دے سامنے چھوٹے نو مارا ہے، جڈا اس کمینے نے چھوٹے شہزادے تے ظلم کیتا ہے، بچہ منہ دے باہر مٹی تے ڈٹھا ہے، وڈا شہزادہ اٹھائے تے وے کی آندا ہے، میں یتیم بھی ہاں تے اسیر بھی ہاں، تے مان رب دے نا دی گالے، میرے جسم تے جتنے ظلم پہ کر میرے ویر دے چھوڑ دے، جی بسم اللہ، اے وڈا شہزادہ ویکھ آندا ہے، میں یتیم بھی ہاں تے اسیر بھی ہاں، تے مان رب دے نا دی گالے، میرے جسم تے جتنے ظلم پہ کر میرے ویر دے چھوڑ دے، اچار نائے تے قاتل دے پاسے دے کے آندا ہے، یندی اما پارتا میں کون دتیاں ہن جڈا ٹورا سمیں دے نال روکیاں دے مار بھیڑا ویسان۔ مولا تاڑی عبادت قبول فرماوے، دوواں شہزادے نو گھن کے دریا دے کنارے تے آ گئی آئی، وے کے آندے چولے لہاؤ، جڑے ویلے اس کمینے آکے چولے لہاؤ، وڈا شہزادہ آندے کیوں لہے نا، وے کے آندے تھوڑے سر کلم کرنے نا، شہزادہ وے کے آندے تے مارنا یا سمری منا، سنو دو دو رکت نماز پڑھن دے، آندے پڑھ گنو نماز، مٹی تے بیٹھن تے یمم کرنا شروع کیتا نے، دعا دے ہاتھ بلند کر کے آندے نے، یا احکم الحاکمین بیننا و بینکم، میرا مولا ساڈا بابا مارا گیا، اے ظالمے ساڈا فیصلہ فرما، مک گئی نماز، اے بے غیرت ویکھ آندا گردنا جھکاؤ میں تہاڈے سر قلم کراں، دوواں شہزادیاں نے گردنا جھکائی، تلوار چا کے سامنے آ کے آندا چولے لہاؤ، چولے لہاون دا نام آیا، وڈے شہزادے تا اوکا سوکھا چولا لہایا، اس تلوار چا کے چھوٹے دے سر تے آ کے آندا توں بھی چولا لہا، چھوٹے
ਛੋਟਾ ਸ਼ਹਿਜ਼ਾਦਾ ਕਹਿ ਵੇਲੇ ਕਾਤਲ ਦੋਵੇਂਦਾ ਹੈ, ਕਹਿ ਵੇਲੇ ਭਰਾ ਦੇ ਪਾਸ ਵੇਂਦਾ ਹੈ। ਇਹ ਕਮੀਨਾ ਝਿਣਕ ਦੇ ਕੇ ਆਂਦੇ ਚੋਲਾ ਕਿਉਂ ਨੇ ਲਹਿੰਦਾ, ਛੋਟੇ ਦੇ ਹੱਥ ਕੰਮ ਵੇਂਦੇ ਨੇ ਵੇਖ ਕੇ ਆਂਦੇ ਮੈਨੂੰ ਅੰਮਾ ਪੈਂਦੀ ਆਉਂਦੀ ਆਈ ਤੇ ਅੰਮਾ ਲਹਿੰਦੀ ਆਈ, ਮੈਂ ਕਦੀ ਨਹੀਂ ਲਹਾਇਆ। ਇਸ ਕਮੀਨੇ ਦਾ ਹੱਥ ਉੱਠਾਏ ਛੋਟਾ ਸ਼ਹਿਜ਼ਾਦਾ ਮਿੱਟੀ ਤੇ ਜਣ ਪੀਆ ਹੈ, ਵੱਡਾ ਭਰਾ ਕਰੀਬ ਆਇਆ ਹੈ, ਭਰਾ ਦਾ ਸਰ ਝੋਲੀ ਚ ਪਾਇਆ ਹੈ, ਮੂੰਹ ਚੁੰਮ ਕੇ ਰੋ ਕੇ ਆਂਦਾ ਹੈ ਪਾੜ ਇੰਨਾ ਲੀਲਾ ਹੁਣ ਲਹਿਚਾ ਚੋਲਾ ਕਿਉਂ ਵੇਂਦਾ ਰਾ। ਸਜਣਾ ਦਾ ਅਸੀਂ ਮਾਂ ਪਿਓ ਕੋ ਮਿਲ ਨਹੀਂ ਸੰਗਦੇ, ਸਾਡਾ ਮਾਮਾ ਕੋਈ ਨਹੀਂ ਆਂਦਾ, ਛੋਟਾ ਆਂਦਾ ਇਹ ਝਿਣਕਾਂ ਦਿੰਦਾ ਹੈ, ਮੈਂ ਤੋਂ ਗੱਠ ਨਹੀਂ ਖੁੱਲਦੀ, ਮੈਂ ਡਹਾ ਵੈਂਦਾ ਲਰਦਾ ਦਾ। ਬਸ ਆਖਰੀ ਲਾਜ ਪਿਆਂਦਾ ਲੈ ਗਏ ਚੋਲੇ, ਇਹਨੂੰ ਇਹ ਹਾਲਤ ਇਹਨੂੰ ਮੇਰੇ ਮੌਲਾ ਹੁਸੈਨ ਖੈਮੇ ਚ ਬੈਠੇ ਹੋਏ ਨੇ, ਮੁਸਲਿਮ ਦੀਆਂ ਧੀਆਂ ਕਰੀਬ ਆ ਕੇ ਆਉਂਦੀਆਂ ਨੇ, ਮਾਮਾ ਸਾਨੂੰ ਭਰਾ ਮਿਲਾ, ਜਿਹੜੇ ਲਾਖਿਆ ਭਰਾ ਮਿਲਾ। ਇਮਾਮ ਫਰਮਾਇਆ ਅੱਜ ਨਾ ਵੇਖੋ ਮਤਾ ਮਰਨ ਤੋਂ ਪਹਿਲੇ ਮਰ ਵਨਿਓ, ਆਂਦੀਆਂ ਨਹੀਂ ਮਾਮਾ ਸਾਨੂੰ ਭਰਾ ਵਿਖਾ। ਇਮਾਮ ਫਰਮੈਂਦੇ ਨੇ ਮੇਰੇ ਕਰੀਬ ਆਓ, ਇਮਾਮ ਨੇ ਹੱਥ ਖੜਾ ਕੀਤਾ, ਫਰਮਾਇਆ ਵੇਖੋ ਮੇਰੀਆਂ ਧੀਆਂ ਭੈਣਾਂ ਨੇ ਡਿੱਠਾ ਹੈ, ਦੂਆਂ ਦੇ ਚੋਲੇ ਲੱਥੇ ਹੋਇਆ ਨਾ, ਗਰਦਨਾਂ ਝੁਕੀਆਂ ਹੋਈਆਂ ਨਾ, ਨਿੱਕੀ ਧੀ ਵੇਖਿਆ ਆਂਦੀਆਂ ਮਾਮਾ ਇੱਥੇ ਹੀ ਹੱਥ ਰੱਖ ਮੈਂ ਅੰਮਾ ਨੂੰ ਸਾਧ ਕੇ ਖੇਲਣਾ ਵਾ। ਬੱਚੀ ਦੌੜੀਏ ਆਂਦੀ ਅੰਮਾ ਜਲਦੀ ਆ ਪੁੱਤਰ ਮਿਲਣਾ ਨੀ, ਤੁਰੀਏ ਮੇਰੀ ਸੈਨ ਰੁਕਈਆ ਕਰੀਬ ਆਈਏ ਕਿਆ ਡਿੱਠਾ ਹੈ। ਜ਼ਿਕਰ ਦੀ ਕਸਮ ਏ ਜੱਡਾ ਧੀ ਬੁਲਾਵਣ ਗਈ ਆਈ ਤਾਂ ਦੋਵੇਂ ਮੌਜੂਦ ਹਨ, ਜੱਡਾ ਮਾਂ ਆਈਏ ਵੱਡੇ ਦਾ ਸਰ ਕਲਮ ਹੋ ਗਿਆ, ਛੋਟਾ ਕਹਿ ਵੇਲੇ ਇਸ਼ਟ ਬੇਤ ਚੜਦਾ ਈ, ਕਹਿ ਵੇਲੇ ਇਸ਼ਟ ਬੇਤ। ਮੇਰੀ ਸੈਨ ਰੁਕਈਆ ਕੋਲ ਆ ਕੇ ਆਉਂਦੀ ਹੈ, ਮੌਲਾ ਮੇਰੀ ਆਵਾਜ਼ ਮੇਰੇ ਪੁੱਤਰਾਂ ਤਾਈਂ ਪਹੁੰਚਾਓ, ਮੇਰੀ ਸੈਨ ਰੋ ਕੇ ਆਉਂਦੀ ਹੈ ਮੇਰੇ ਲਾਲ ਮਾਂ ਮਿਲਣ ਆਈ ਨੇ। ਜਦੋਂ ਮਾਂ ਦਾ ਨਾਮ ਆਇਆ ਹੈ ਤੁਲਪ ਕੇ ਉੱਠਾ ਛੋਟਾ ਸ਼ਹਿਜ਼ਾਦਾ, ਇਸ਼ਟ ਬੇਤ ਚੜ ਗਿਆ ਹੈ, ਰੋ ਰੋ ਕੇ ਆਂਦਾ ਨਿਤ ਮਾਣ ਕਰੇਂਦੀ ਹਾਵੇਂ ਅੰਮਾ। ਇਹਨਾਂ ਰੋਂਦੀ